ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਕੌਰ ਪੱਟਲ ਨੇ ਸਰਜੀਕਲ ਸਟ੍ਰਾਈਕ ਉੱਤੇ ਬੋਲਦਿਆਂ ਕਿਹਾ ਕਿ ਸਰਕਾਰ ਸਰਜੀਕਲ ਸਟ੍ਰਾਈਕ ਦਾ ਫਾਇਦਾ ਲੈਣਾ ਚਾਹੁੰਦੀ ਹੈ। ਨਾਲ ਹੀ ਉਹਨਾਂ ਆਪ ਉੱਤੇ ਵਰਦਿਆਂ ਕਿਹਾ ਕਿ ਆਪ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਤੇ ਝਾੜੂ ਟੀਲਾ ਟੀਲਾ ਹੋ ਚੁੱਕਿਆ। ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ, ਲੇਕਿਨ ਅਸੀਂ ਅਮਨ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ। ਲੇਕਿਨ ਜਿਹੜਾ ਇਹਨਾਂ ਨੇ ਛੇੜਖਾਨੀ ਸ਼ੁਰੂ ਕੀਤੀ ਜਾਂ ਕਰਨੀ ਚਾਹੀਦੀ ਸੀ ਪ੍ਰੇਸ਼ਨ, ਮੈਂ ਨਹੀਂ ਸਮਝਦੀ ਕਿ ਗਲਤ ਹੋਇਆ ਠੀਕ ਹੋਇਆ। ਲੇਕਿਨ ਇਹਦਾ ਸਮਾਂ ਜਿਹੜਾ ਇਹਨਾਂ ਨੇ ਚੁਣਿਆ ਹੈਗਾ, ਜਿਹ 'ਚ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਫੌਜੀਆਂ ਨੂੰ, ਉਹ ਆਪਣੀ ਭਾਰਤ ਦੀ ਪਾਲਿਸੀ ਜਿਹੜੀ ਹੈ ਫੋਰਨ ਪਾਲਿਸੀ ਠੀਕ ਨਹੀਂ, ਉਹਨਾਂ ਨੂੰ ਦੇਖ ਕੇ ਜੋ ਅੱਜ ਫਸਲਾਂ ਖੜੀਆਂ ਉਹਦੇ ਵਿੱਚ ਕੁਛ ਪੈਠ ਜ਼ਿਆਦਾ ਹੋ ਸਕਦੀ ਹੈ। ਅੱਜ ਫਸਲਾਂ ਵੱਢਣੀਆਂ, ਕਿਸਾਨ ਉੱਥੇ ਜਾਣੇ ਪੈਚਿਆ, ਇਹਨਾਂ ਨੇ ਸਮਾਂ ਠੀਕ ਨਹੀਂ, ਜਦੋਂ ਇਜਾਜ਼ਤ ਦੇਣੀ ਸੀ ਉਸ ਸਮਾਂ ਨਹੀਂ ਠੀਕ ਚੜਾ। ਆਮ ਆਦਮੀ ਪਾਰਟੀ ਖਤਮ ਹੋ ਚੁੱਕਿਆ, ਝਾੜੂ ਖਿਲਰ ਗਿਆ, ਤੀਲਾ ਤੀਲਾ ਹੋਇਆ ਪਿਆ, ਰੋਜ਼ ਬੰਦੇ ਟੁੱਟ ਰਹੇ ਨੇ। ਇਹ ਤਾਂ ਹੁਣ ਜਿਹੜਾ ਕੇਜਰੀਵਾਲ ਹੈ ਖੁਦ ਉਹਨੂੰ ਹੀ ਪਤਾ ਲੱਗ ਗਿਆ, ਉਹ ਹੁਣ ਸਿਆਸੀ ਜਿਵੇਂ ਕਹਿੰਦੇ ਅਲਵਿਦਾ ਕਹਿਣ ਵਾਸਤੇ ਆਏ ਆ, ਪੰਜਾਬ ਨੂੰ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ। ਉਹਨਾਂ ਨੂੰ ਨਸ਼ੇ ਖਾਣ ਦਾ ਤਜਰਬਾ ਹੈ, ਉਹਨਾਂ ਨੂੰ ਝੂਠ ਬੋਲਣ ਦਾ ਤਜਰਬਾ ਹੈ, ਉਹਨਾਂ ਨੂੰ ਜਬਰੀ ਕੰਮ ਕਰਨ ਦਾ ਤਜਰਬਾ ਹੈ, ਉਹਨਾਂ ਨੂੰ ਬੇਟੀਆਂ ਦੀ ਅਪਮਾਨ ਕਰਨ ਦਾ ਤਜਰਬਾ ਹੈ, ਲੁੱਟ ਖੋਹਣ ਦਾ ਤਜਰਬਾ ਹੈ, ਉਹਨਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਕੋਈ ਤਜਰਬਾ ਨਹੀਂ, ਉਹ ਫੇਲ ਹੋਏ ਨੇ ਇਸ ਵਿੱਚ।